ਬਲਾਕ ਸੰਤੀ ਦੀਆਂ ਚੋਣਾਂ ਨੂੰ ਲੈ ਕੇ ਵਿਰਕਾ ਜੋਨ ਤੋਂ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਸੰਤੋਸ਼ ਕੁਮਾਰੀ ਨੇ ਆਪਣੇ ਇਲਾਕੇ ਦੇ ਵੋਟਰਾਂ ਨਾਲ ਮੀਟਿੰਗ ਕਰ ਉਹਨਾਂ ਨੂੰ ਅਪੀਲ ਕੀਤੀ। ਇਸ ਮੌਕੇ ਇਲਾਕੇ ਦੀਆਂ ਨੌਜਵਾਨ ਲੜਕੀਆਂ ਵੱਲੋਂ ਵੀ ਸੰਤੋਸ਼ ਕੁਮਾਰੀ ਦੇ ਹੱਕ 'ਚ ਵੋਟਾਂ ਪਾਉਣ ਦਾ ਭਰੋਸਾ ਦਿੱਤਾ ਗਿਆ। 19 ਸਤੰਬਰ ਨੂੰ ਪੈਣ ਜਾ ਰਹੀਆਂ ਬਲਾਕ ਸੰਤੀ ਦੀਆਂ ਚੋਣਾਂ ਨੂੰ ਲੈ ਕੇ ਵਿਰਕਾ ਜੋਨ ਤੋਂ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਸੰਤੋਸ਼ ਕੁਮਾਰੀ ਨੇ ਇਲਾਕਾ ਵਾਸੀਆਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਤੋਸ਼ ਕੁਮਾਰੀ ਨੇ ਕਿਹਾ ਕਿ ਉਹ ਲੋਕਾਂ ਤੱਕ ਵੋਟਾਂ ਲਈ ਪਹੁੰਚ ਕਰਨ ਵੇਲੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖ ਰਹੀ ਹੈ ਅਤੇ ਲੋਕ ਬਦਲਾਅ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਬਲਾਕ ਸੰਤੀ ਦੀ ਮੈਂਬਰ ਬਣ ਕੇ ਇਲਾਕੇ ਦੇ ਵਿਕਾਸ ਲਈ ਅਹਿਮ ਉਪਰਾਲੇ ਕਰੇਗੀ। ਸਤਿਕਾਰਯੋਗ ਭੈਣ ਅਤੇ ਭਰਾਵੋ, ਜੈ ਭੀਮ ਜੈ ਭਾਰਤ। ਮੈਂ ਸਾਂਝੇ ਮੋਰਚੇ ਦੀ ਬਲਾਕ ਸੰਮਤੀ ਦੀ ਉਮੀਦਵਾਰ ਹਾਂ। ਅੱਜ ਅਸੀਂ ਇੱਥੇ ਨਿਸ਼ਾਨ ਲੈਣ ਆਏ ਸੀ, ਮੈਨੂੰ ਚੋਣ ਨਿਸ਼ਾਨ ਗੈਸ ਸਿਲੰਡਰ ਮਿਲਿਆ ਹੈ। ਮੈਂ ਆਪਣੇ ਭੈਣਾਂ ਅਤੇ ਭਰਾਵਾਂ ਅੱਗੇ ਅਪੀਲ ਕਰਦੀ ਹਾਂ ਕਿ ਆਪਣਾ ਇੱਕ ਕੀਮਤੀ ਵੋਟ ਮੇਰੇ ਹੱਕ ਵਿੱਚ ਪਾ ਕੇ ਮੈਨੂੰ ਕਾਮਯਾਬ ਬਣਾਓ। ਮੈਂ ਖਾਸ ਕਰਕੇ ਆਪਣੀਆਂ ਬੀਬੀਆਂ ਅੱਗੇ ਅਪੀਲ ਕਰਦੀ ਹਾਂ ਕਿ ਆਪਣਾ ਵੋਟ ਸਹੀ ਇਸਤੇਮਾਲ ਕਰੋ। ਮੈਂ ਫਿਰ ਬੀਬੀਆਂ ਅਤੇ ਭੈਣਾਂ ਨੂੰ ਭਰਾਵਾਂ ਨੂੰ ਅਪੀਲ ਕਰਦੀ ਹਾਂ ਕਿ ਮੇਰਾ ਚੋਣ ਨਿਸ਼ਾਨ ਗੈਸ ਸਿਲੰਡਰ ਹੈ, ਆਪਣਾ ਇੱਕ ਇੱਕ ਕੀਮਤੀ ਵੋਟ ਮੇਰੇ ਹੱਕ ਵਿੱਚ ਪਾਓ ਅਤੇ ਬਹੁਮਤ ਨਾਲ ਮੈਨੂੰ ਜਿਤਾਓ। ਧੰਨਵਾਦ। ਜੈ ਭੀਮ ਜੈ ਭਾਰਤ। ਇਸ ਮੌਕੇ ਪਿੰਡ ਦੀਆਂ ਨੌਜਵਾਨ ਲੜਕੀਆਂ ਨੇ ਕਿਹਾ ਕਿ ਬਹੁਤ ਸਮਾਂ ਹੋ ਗਿਆ ਪੁਰਾਣੀਆਂ ਪਾਰਟੀਆਂ ਦੇ ਲਾਰੇ ਤੇ ਵਾਅਦੇ ਸੁਣਦਿਆਂ ਹੁਣ ਉਹਨਾਂ ਲੋਕਾਂ ਨੂੰ ਅੱਗੇ ਲਿਆਇਆ ਜਾਵੇ ਜੋ ਲੋਕ ਸੰਵਿਧਾਨ ਮੁਤਾਬਿਕ ਲੋਕਾਂ ਅਧਿਕਾਰ ਅਤੇ ਸਹੂਲਤਾਂ ਦੇਣਗੇ, ਉਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਾਵੇਗਾ। ਜੋ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਮੱਦੇਨਜ਼ਰ ਜੋ ਦੌਰ ਚੱਲ ਰਿਹਾ ਇਲੈਕਸ਼ਨ ਦਾ ਦੌਰ, ਉਸ ਦੇ ਦੌਰਾਨ ਬਹੁਜਨ ਸਮਾਜ ਪਾਰਟੀ ਨੇ ਜਿਹੜੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਹਨ, ਉਹਨਾਂ ਦੇ ਵਿੱਚੋਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੁਸਾਂਝ ਕਲਾਂ ਜੋਨ ਦੇ ਉੱਤੋਂ ਰਾਮ ਸਰੂਪ ਚੰਬਾ ਜੀ ਜਿਹੜੇ ਮੌਜੂਦਾ ਸਰਪੰਚ ਸਨ ਪਿੰਡ ਬਿਰਕਾ ਤੋਂ, ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਇਆ, ਜਿਹੜਾ ਕੈਂਡੀਡੇਟ ਐਲਾਨਿਆ ਗਿਆ। ਸੋ ਬਲਾਕ ਸੰਮਤੀ ਜੋਨ ਬਿਰਕਾ ਤੋਂ ਸੰਤੋਸ਼ ਕੁਮਾਰੀ ਜੀ ਨੂੰ ਜਿਹੜਾ ਬਲਾਕ ਸੰਮਤੀ ਬਿਰਕਾ ਤੋਂ ਉਮੀਦਵਾਰ ਐਲਾਨਿਆ ਗਿਆ। ਕੱਲ੍ਹ ਹੀ ਉਹਨਾਂ ਦੇ ਪੇਪਰ ਫਾਈਲ ਕੀਤੇ ਔਰ ਇਸ ਦੇ ਨਾਲ ਹੀ ਅਨੀਤ ਜੋਨ ਤੋਂ ਬਲਾਕ ਸੰਮਤੀ ਅਨੀਤ ਜੋਨ ਤੋਂ ਮੱਖਣ ਪਟੋਆ ਜੀ ਨੂੰ ਅਸੀਂ ਜਿਹੜਾ BSP ਦਾ ਕੈਂਡੀਡੇਟ ਐਲਾਨਿਆ ਗਿਆ। ਇਹ ਤਿੰਨੇ ਕੈਂਡੀਡੇਟ ਜਿਹੜੇ BSP, ਆਮ ਆਦਮੀ ਪਾਰਟੀ ਅਤੇ ਕਮਿਊਨਿਸਟ ਪਾਰਟੀ ਦੀਆਂ ਜਿਹੜੇ ਸਾਂਝੇ ਉਮੀਦਵਾਰ ਆ, ਇਹਨਾਂ ਦਾ ਜੋ ਮਾਹੌਲ ਲੱਗ ਰਿਹਾ ਅੱਜ, BSP ਦੇ ਜਿਹੜੇ ਕੈਂਡੀਡੇਟ ਕੱਲ੍ਹ ਪੇਪਰ ਫਾਈਲ ਕਰਕੇ ਆਏ ਆ, ਜੋ ਉੱਥੇ ਮਾਹੌਲ ਸੀ, ਜੋ ਉਤਸ਼ਾਹ ਸੀ ਲੋਕਾਂ ਦੇ ਵਿੱਚ ਔਰ ਉਮੀਦਵਾਰਾਂ ਦੇ ਵਿੱਚ, ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਇਸ ਵਾਰ ਲੋਕਾਂ ਦਾ ਮਨ ਚੇਂਜ ਹੋਇਆ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਇਲੈਕਸ਼ਨਾਂ ਨੂੰ ਵੱਡੇ ਮਾਧਿਅਮ ਨਾਲ ਜਿੱਤਦੇ ਹਾਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਲੈਕਸ਼ਨ ਹੈਗੀ ਆ, ਲੋਕ ਸਭਾ ਦੀ ਇਲੈਕਸ਼ਨ ਆ ਰਹੀ ਆ, ਉਸ ਲੋਕ ਸਭਾ ਦੀ ਇਲੈਕਸ਼ਨ ਦੇ ਉੱਤੇ ਇਹਨਾਂ ਸੀਟਾਂ ਦਾ ਬਹੁਤ ਪ੍ਰਭਾਵ ਪਵੇਗਾ। ਕਿਉਂਕਿ ਲੋਕਾਂ ਦਾ ਮਨ ਇਸ ਤਰ੍ਹਾਂ ਬਣਿਆ ਹੋਇਆ ਇਸ ਵਾਰ ਜਾਪਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜੋ RSS ਦੀ ਸਰਕਾਰ ਚੱਲ ਰਹੀ ਆ, ਉਸ ਨੂੰ ਚੱਲਦਾ ਕਰਨ ਵਾਸਤੇ ਲੋਕਾਂ ਨੇ ਆਪਣਾ ਮਨ ਬਣਾਇਆ ਹੋਇਆ। ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਆ, ਉਸ ਦੀਆਂ ਵੀ ਨੀਤੀਆਂ ਦਲਿਤ ਵਿਰੋਧੀ ਹਨ ਔਰ RSS ਦੀ ਜਿਹੜੀ ਭਾਜਪਾ ਸਰਕਾਰ ਕੇਂਦਰ ਦੇ ਵਿੱਚ ਆ, ਉਸ ਉਹਨਾਂ ਦੀਆਂ ਵੀ ਦਲਿਤ ਵਿਰੋਧੀ ਨੀਤੀਆਂ ਤੋਂ ਲੋਕੀ ਤੰਗ ਆ ਚੁੱਕੇ ਆ।
ਇਸ ਵਾਸਤੇ ਲੋਕਾਂ ਨੇ ਇਸ ਵਾਰ ਮਨ ਬਣਾਇਆ ਕਿ 19 ਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਲੋਕ, ਇਸ ਵਾਸਤੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਨੂੰ ਵੱਡੀ ਗਿਣਤੀ ਵਿੱਚ ਜਿਤਾ ਕੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਗੇ। ਔਰ ਜੋ ਭਾਜਪਾ ਦੀ ਸਰਕਾਰ ਆਏ ਦਿਨ ਸੰਵਿਧਾਨ ਦੇ ਨਾਲ ਛੇੜਛਾੜ ਕਰਦੀ ਹੈ ਔਰ ਸੰਵਿਧਾਨ ਦੀ ਰੱਖਿਆ ਕਰਨ ਵਾਸਤੇ ਲੋਕਾਂ ਨੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਇਸ ਵਾਰ ਨਿਸ਼ਚਾ ਕੀਤਾ ਹੋਇਆ। ਸੋ ਮੇਰੀ ਅਪੀਲ ਹੈ ਪੂਰੇ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਕਿ ਆਓ ਆਪਾਂ ਰਲ ਮਿਲ ਕੇ ਜਿਹੜਾ ਇਹ BSP ਦੇ ਔਰ ਆਮ ਆਦਮੀ ਪਾਰਟੀ ਔਰ RPI ਦੇ ਜਿਹੜੇ ਸਾਂਝੇ ਉਮੀਦਵਾਰ ਆ ਇਹਨਾਂ ਨੂੰ ਵੱਡੀ ਮਾਰਜਨ ਦੇ ਨਾਲ ਜਿਤਾ ਕੇ ਆਪਾਂ ਇਹਨਾਂ ਨੂੰ ਜਿਤਾਈਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੀ ਜਿਹੜੀ ਸੀਟ ਆ ਉਸ ਨੂੰ ਵੀ ਆਪਾਂ ਪੱਕਾ ਕਰੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਭੀਮ ਜੈ ਭਾਰਤ। ਗੁਰਾਇਆ ਤੋਂ ਨਿਰਮਲ ਗੁੜਾ ਦੀ ਰਿਪੋਰਟ।